एनवायरनमेंट कनाडा ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅੱਜ ਰਾਤ ਤੋਂ ਭਲਕੇ ਭਾਰੀ ਬਰਫ਼ਬਾਰੀ ਲੋਅਰ ਮੇਨਲੈਂਡ ਅਤੇ ਬਾਕੀ ਹਿੱਸਿਆਂ ਦੇ ਵਿੱਚ ਹੋਏਗੀ ਇਸ ਸਬੰਧੀ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੇ ਲਈ ਵੀ ਆਖਿਆ ਗਿਆ ਹੈ ਤੇ ਨਾਲੋਂ ਨਾਲ ਇਹ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਰੋਡਸ ਸਲਿੱਪਰੀ ਹੋ ਸਕਦੇ ਨੇ ਤੇ ਭਾਰੀ ਟ੍ਰੈਫਿਕ ਵੀ ਰੋਡਸ ਦੇ ਉੱਪਰ ਮਿਲ ਸਕਦੀ ਹੈ ਲੋਅਰ ਮੇਨਲੈਂਡ ਦੇ ਵਿੱਚ ਬੀਤੀ ਰਾਤ ਚੱਲੀਆਂ ਤੇਜ਼ ਠੰਡੀਆਂ ਹਵਾਵਾਂ ਦੇ ਨਾਲ ਮੌਸਮ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਤੇ ਤਾਪਮਾਨ -18 ਡਿਗਰੀ ਤੱਕ ਮਹਿਸੂਸ ਹੋਇਆ ਹੁਣ এনਵਾਇਰਨਮੈਂਟ ਕੈਨੇਡਾ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਅਨੁਸਾਰ ਸਾਊਥ ਕੋਸਟ ਵਿੱਚ ਭਾਰੀ ਬਰਫਬਾਰੀ ਹੋ ਸਕਦੀ ਹੈ ਜਿਸ ਨਾਲ ਤਾਪਮਾਨ 'ਚ ਗਰਾਵਟ ਆਏਗੀ ਮੌਸਮ ਵਿਭਾਗ ਅਨੁਸਾਰ ਮੈਟਰੋ ਵੈਂਕੂਵਰ ਵੈਂਕੂਵਰ ਆਈਲੈਂਡ ਫਰੇਜ਼ਰ ਵੈਲੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ 'ਚ ਬੀਰਬਾਰ ਦੇਰ ਰਾਤ ਤੋਂ ਸ਼ਨੀਵਾਰ ਤੱਕ 10 ਤੋਂ 20 ਸੈਂਟੀਮੀਟਰ ਤੱਕ ਬਰਫਵਾਰੀ ਹੋਣ ਦੀ ਸੁਭਾਵਨਾ ਹੈ ਇਸ ਦੌਰਾਨ ਸੁਭਾਵਨਾ ਇਹ ਵੀ ਹੈ ਕਿ ਸ਼ੁੱਕਰਵਾਰ ਰਾਤ ਤੋਂ ਬਾਅਦ ਇਹ ਬਰਫਵਾਰੀ ਮੀਂਹ ਦੇ ਵਿੱਚ ਤਬਦੀਲ ਹੋ ਜਾਏਗੀ ਜਿਸ ਨਾਲ ਠੰਡ ਦਾ ਕਹਿਰ ਜਾਰੀ ਰਹੇਗਾ ਪਰ ਹਲਕੀ ਰਾਹਤ ਲੋਕਾਂ ਨੂੰ ਜ਼ਰੂਰ ਮਹਿਸੂਸ ਹੋਏਗੀ ਵੈਦਰ ਏਜੰਸੀ ਮੁਤਾਬਕ ਭਾਰੀ ਬਰਫਵਾਰੀ ਅਤੇ ਤੇਜ਼ ਹਵਾਵਾਂ ਕਾਰਨ ਟ੍ਰੈਵਲ 'ਚ ਦਿੱਕਤਾਂ ਦਰਪੇਸ਼ ਹੋ ਸਕਦੀਆਂ ਨੇ ਅਤੇ ਲੋਕਾਂ ਨੂੰ ਸੜਕਾਂ ਉੱਤੇ ਭਾਰੀ ਟ੍ਰੈਫਿਕ ਅਤੇ ਦੇਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ एनवायरनमेंट कनाडा on सारा साउथ वेस्ट ਵਿੱਚ ਤਾਪਮਾਨ -20 ਡਿਗਰੀ ਅਤੇ ਮਿਡਲ ਤੇ ਨਾਰਥ BC ਚ -40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ ਇਸ ਦੌਰਾਨ ਚੱਲਣ ਵਾਲੀਆਂ ਹਵਾਵਾਂ ਕਾਰਨ ਠੰਡ ਮਹਿਸੂਸ ਹੋਵੇਗੀ ਕੋਕੀਹਾਲਾ ਹਾਈਵੇ ਨੂੰ ਵੀ ਰਾਤ BC ਟ੍ਰਾਂਸਪੋਰਟ ਵਿਭਾਗ ਵੱਲੋਂ ਬੰਦ ਕੀਤਾ ਗਿਆ ਸੀ ਕਿਉਂਕਿ ਆਰਕਟਿਕ ਵਿੰਡਸ ਕਾਰਨ ਸਲੋ ਸਨੋ ਓਡ ਰਹੀ ਸੀ ਅਤੇ ਕੁਝ ਨਜ਼ਰ ਨਹੀਂ ਆ ਰਿਹਾ ਸੀ ਇਸ ਨੂੰ ਦੁਬਾਰਾ ਸਵੇਰੇ 7 ਵਜੇ ਖੋਲ੍ਹਿਆ ਗਿਆ ਇਸ ਤੋਂ ਇਲਾਵਾ ਤੂਫਾਨ ਰਾਨ ਡਰਾਈ ਵੀਸੀ ਮੁਤਾਬਕ ਹਾਈਵੇ 3 ਮੈਨਿੰਗ ਪਾਰਕ ਅਤੇ ਪ੍ਰਿਸਟਨ ਦੇ ਸ਼ਨੀਵਾਰ ਸਵੇਰ ਤੱਕ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਵੀ ਦਿੱਤੀ ਗਈ ਹੈ ਤੇ ਨਾਲੋਂ ਨਾਲ ਇਹ ਹਾਈਵੇ ਵੀ ਕੁਝ ਸਮੇਂ ਲਈ ਦੋਵੇਂ ਦਿਸ਼ਾਵਾਂ ਲਈ ਬੰਦ ਰੱਖਿਆ ਗਿਆ ਐਨਵਾਇਰਨਮੈਂਟ ਕੈਨੇਡਾ ਅਨਸਾਰ ਬਰਫ਼ਵਾਰੀ ਤੋਂ ਬਾਅਦ ਇਹ ਮੀਂਹ ਦੇ ਵਿੱਚ ਤਬਦੀਲ ਹੋ ਜਾਏਗੀ ਜਿਸ ਨਾਲ ਤਾਪਮਾਨ ਉੱਪਰ ਆਏਗਾ ਤੇ ਲੋਕਾਂ ਨੂੰ ਰਾਹਤ ਮਹਿਸੂਸ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ